is South Asian Media Group, Y Media. ਅਮਰੀਕਾ ਦੀ ਉਹ ਖਬਰ ਜਿਹੜੀ ਕਿ ਇਰਾਨ ਔਰ ਪਾਕਿਸਤਾਨ ਦੇ ਨਾਲ ਜੁੜੀ ਹੋਈ ਹੈ, ਉਹ ਪਿਛਲੇ ਕੁਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ। ਉਹਦੇ ਵਿੱਚ ਲੇਟੈਸਟ ਡਿਵੈਲਪਮੈਂਟ ਜੋ ਹੋਈ ਉਹ ਵੀ ਮੈਂ ਤੁਹਾਨੂੰ ਨਾਲ ਸ਼ੇਅਰ ਕਰਦਾ। ਮਾਮਲਾ ਅੱਜ ਸੀਗਾ ਆਸਿਫ ਮਰਚੈਂਟ ਦਾ। ਆਸਿਫ ਮਰਚੈਂਟ ਅਸੀਂ ਸਾਰੇ ਜਾਣਦੇ ਹਾਂ, 46 ਸਾਲ ਦੀ ਇਹਨਾਂ ਦੀ ਉਮਰ ਹੈਗੀ ਆ। ਆਸਿਫ ਮਰਚੈਂਟ ਜੋ ਕਿ ਓਰਿਜਿਨਲੀ ਪਾਕਿਸਤਾਨ ਤੋਂ ਹੈਗੇ ਨੇ, ਪਾਕਿਸਤਾਨੀ ਅਮਰੀਕਨ ਨੇ, ਔਰ ਇਰਾਨ ਵੀ ਉਹ ਜਾਂਦੇ ਰਹੇ ਨੇ। ਔਰ ਇਹਨਾਂ ਦੇ ਖਿਲਾਫ਼ ਆਸਿਫ ਮਰਚੈਂਟ, ਉਹਨਾਂ ਦੇ ਖਿਲਾਫ਼ ਇਹ ਐਲੀਗੇਸ਼ਨ ਹੈ ਕਿ ਆਸਿਫ ਮਰਚੈਂਟ ਉਹਨਾਂ ਨੇ ਅਮਰੀਕਾ ਦੇ ਵਿੱਚ ਕਿਸੇ ਹਾਈ ਰੈਂਕਿੰਗ ਸ਼ਖਸ ਨੂੰ ਕਤਲ ਕਰਨ ਦੀ ਕੋਈ ਸਾਜਿਸ਼ ਜਿਹੜੀ ਉਹ ਰਚ ਰਹੇ ਸੀ, ਐਸਾ ਪ੍ਰੋਸੀਕਿਊਟਰਸ ਦਾ ਕਹਿਣਾ। ਪ੍ਰੋਸੀਕਿਊਟਰਸ ਜਿਹੜੇ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਆਸਿਫ ਮਰਚੈਂਟ ਜਿਹੜੇ ਨੇ ਉਹਨਾਂ ਨੇ ਪਾਕਿਸਤਾਨ ਤੋਂ ਹੈਗੇ ਨੇ ਵੈਸੇ, ਪਰ ਔਰ ਹੁਣ ਅਮਰੀਕਾ ਚ ਸੀਗੇ, ਪਰ ਕਾਫੀ ਟਾਈਮ ਉਹਨਾਂ ਨੇ ਇਰਾਨ ਦੇ ਵਿੱਚ ਵੀ ਬਿਤਾਇਆ। ਸੋ ਇਰਾਨ ਔਰ ਅਮਰੀਕਾ ਜਾਂਦੇ ਆਉਂਦੇ ਰਹਿੰਦੇ ਸੀਗੇ। ਸੋ ਜੇ ਤੁਹਾਨੂੰ ਯਾਦ ਹੋਇਆ, ਅਸੀਂ ਪਹਿਲਾਂ ਵੀ ਜ਼ਿਕਰ ਕਰ ਹੀ ਚੁੱਕੇ ਹਾਂ ਇਹਦੇ ਬਾਰੇ, ਬੜੀ ਡਿਸਕਸ਼ਨ ਵੀਡੀਓ ਤੁਹਾਨੂੰ ਸ਼ੋਅ ਕੀਤੇ ਨੇ, ਤੁਸੀਂ ਹੁਣ ਦੁਬਾਰਾ ਤੁਹਾਨੂੰ ਵੀਡੀਓ ਦਿਖਾ ਦਿੰਦੇ ਹਾਂ। ਇਹ ਵੀਡੀਓ ਜਿਹੜਾ ਦਿਖਾ ਰਹੇ ਹਾਂ ਕਾਸਿਮ ਸੁਲੇਮਾਨੀ ਹੈ। ਇਹਦੀ ਬੈਕਗ੍ਰਾਉਂਡ ਮੈਂ ਪਹਿਲਾਂ ਵੀ ਤੁਹਾਨੂੰ ਬੜੀ ਵਾਰ ਐਕਸਪਲੇਨ ਕੀਤੀ ਕਿ ਬਹੁਤ ਇੰਪੋਰਟੈਂਟ ਇਹ ਇਰਾਨ ਦੇ ਆਰਮੀ ਜਨਰਲ ਸੀਗੇ, ਇਰਾਨ ਦੀ ਰੈਵੋਲੂਸ਼ਨਰੀ ਗਾਰਡ ਦੇ ਟਾਪ ਕਮਾਂਡਰ ਸੀਗੇ ਕਾਸਿਮ ਸੁਲੇਮਾਨੀ। 2020 ਦੇ ਵਿੱਚ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ। ਹੁਣ ਇਹ ਕਤਲ ਕਿਹਨੇ ਕੀਤਾ? ਅਮਰੀਕਾ ਨੇ ਕੀਤਾ। ਕਿਹਨਾਂ ਦਾ ਹੈ? ਉਹ ਇਰਾਨ ਦੇ ਇੱਕ ਰੈਵੋਲੂਸ਼ਨਰੀ ਗਾਰਡ। ਹੋਇਆ ਕਿੱਥੇ? ਇਰਾਕ ਦੇ ਵਿੱਚ। ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਆਸਿਫ ਮਰਚੈਂਟ ਨੇ, ਉਹਨਾਂ ਨੇ ਮੰਨਿਆ ਜਾ ਰਿਹਾ ਕਿ ਇਹਦਾ ਬਦਲਾ ਲੈਣ ਵਾਸਤੇ ਉਹ ਸਾਜਿਸ਼ ਕਰ ਰਹੇ ਸੀਗੇ, ਔਰ ਨਿਊਯਾਰਕ ਦੇ ਵਿੱਚ ਉੱਥੇ ਕੋਈ ਪੈਸੇ ਦੇ ਕੇ ਕਿਸੇ ਬੰਦੇ ਨੂੰ ਹਾਇਰ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਸੀਗੇ ਕਿ ਕੋਈ ਹਾਈ ਰੈਂਕਿੰਗ ਅਮਰੀਕਨ ਦਾ ਕਿਸੇ ਦਾ ਕੋਈ ਕਤਲ ਕੀਤਾ ਜਾ ਸਕੇ। ਹੁਣ ਕਿਹਦਾ ਹੈ, ਕਿਆ ਇਹ ਡੋਨਲਡ ਟਰੰਪ ਦਾ ਹੈ, ਅਸੀਂ ਕੁਝ ਮੀਡੀਆ ਗੱਲ ਕਰ ਰਹੇ ਹਾਂ, ਬਟ ਸਾਫ਼ ਕਰ ਦਿੱਤਾ ਹੈ ਕਿ ਫਿਲਹਾਲ ਕੋਈ ਨਾਮ ਨਹੀਂ ਲਿਆ ਜਾ ਰਿਹਾ, ਕਿ ਕੋਈ ਉਹਨਾਂ ਨੇ ਕੋਈ ਕਿਹਾ ਜੀ ਕੋਈ ਲਿੰਕ ਨਹੀਂ ਹੈ ਫਿਲਹਾਲ ਡੋਨਲਡ ਟਰੰਪ ਦੇ ਨਾਲ। ਸੋ ਫਿਲਹਾਲ ਨਾਮ ਨਹੀਂ ਦੱਸਿਆ ਜਾ ਰਿਹਾ। ਹੁਣ ਅੱਜ ਦਾ ਤਾਜ਼ਾ ਕੀ ਮਾਮਲਾ? ਹੁਣ ਇਸ ਮਾਮਲੇ ਦੇ ਵਿੱਚ, ਕਿਉਂਕਿ ਪਾਕਿਸਤਾਨੀ ਓਰੀਜਨ ਤੋਂ ਹੈਗੇ ਨੇ, ਸੋ ਵੀਕਲੀ ਜਿਹੜੀ ਅੱਜ ਪ੍ਰੈਸ ਬਰੀਫਿੰਗ ਹੋਈ ਹਫ਼ਤੇ ਦੇ ਵਿੱਚ ਇੱਕ ਵਾਰ ਹੁੰਦੀ ਹੈ, ਉਹਦੇ ਵਿੱਚ ਯੂਐਸ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਮੈਥਿਊ ਮਿਲਰ ਸਾਹਿਬ ਨੂੰ ਪੁੱਛਿਆ ਗਿਆ ਕਿ ਇਹ ਬੰਦਾ ਆਸਿਫ ਮਰਚੈਂਟ ਜਿਹੜਾ ਪਾਕਿਸਤਾਨ ਤੋਂ ਹੈ, ਤੁਸੀਂ ਪਾਕਿਸਤਾਨ ਦੇ ਨਾਲ ਇਸ ਬਾਰੇ ਕੋਈ ਗੱਲਬਾਤ ਕਰ ਰਹੇ ਹੋ, ਕੋਈ ਅਮਰੀਕਨ ਪੋਲੀਟੀਸ਼ੀਅਨਸ ਨੂੰ ਕਤਲ ਕਰਨ ਦੀ ਸਾਜਿਸ਼ ਪਾਕਿਸਤਾਨੀ ਵੱਲੋਂ ਰਚੀ ਗਈ ਹੈਗੀ ਹੈ ਔਰ ਅਮਰੀਕਾ ਦੇ ਵਿੱਚ? ਸੋ ਇਹਦੇ ਬਾਰੇ ਮੈਥਿਊ ਮਿਲਰ ਨੇ ਕਿਹਾ ਕਿ ਫਿਲਹਾਲ ਹਜੇ ਅਸੀਂ ਪਾਕਿਸਤਾਨ ਦੇ ਨਾਲ ਕੋਈ ਵੀ ਇਸ ਬਾਰੇ ਗੱਲਬਾਤ ਨਹੀਂ ਕੀਤੀ ਹੈ। ਸਾਊਥ ਏਸ਼ੀਅਨ ਮੀਡੀਆ ਗਰੁੱਪ, ਵਾਈ ਮੀਡੀਆ।